ਆ ਬੰਦੇ ਪੱਟਦੇ ਆ ਹੱਥਾਂ ਨਾਲ ਖਾਈਏ ਇਹ ਮੈਟ ਤੇ ਪਨੀਰੀ ਲੱਗਦੀ ਆ ਮੈਟ ਤੋਂ ਫੱਟੀ ਆ ਰੱਖਾ ਲੈ ਹਾਂਜੀ ਇਹ ਮੈਟ ਦੀ ਪਨੀਰੀ ਆ ਇਹ ਹੈ ਲੇਬਰ ਲੂਬਰ ਮਹਿੰਗੀ ਹੋਣੀ ਲੇਬਰ ਮਹਿੰਗੀ ਲੇਬਰ ਦਾ ਤਾਂ ਬਹੁਤ ਵੱਡਾ ਰੇਟ ਆ ਉਹਦਾ ਗੱਲ ਨਾ ਕਰੋ ਲੇਬਰ ਕਹਿੰਦੇ ਆ ਕਿ 4000 ਉਹ ਇੱਕ ਮੁੰਡਾ ਤੁਹਾਡੇ ਨਾਲ ਹੁੰਦਾ ਨੇ ਸੁਰਿੰਦਰ ਦਵਿੰਦਰ ਸਿੰਘ ਨਾਲ ਕਿਆ ਚੱਕਾ ਹਾਂ ਹਾਂਜੀ ਹਾਂਜੀ ਉਹ ਸਿੱਧਾ ਰੱਖ ਸਿੱਧਾ ਓਏ ਸਿੱਧਾ ਰੱਖ ਉਹਦੇ ਕਹਤਾ ਤੂੰ ਸਿੱਧਾ ਰੱਖ ਉਹਨੇ ਹੋਰ ਸਾਰੀਆਂ ਗੱਲਾਂ ਕਰ ਗਿਆ ਅੱਜ ਉਹ ਕਹਿੰਦੇ ਅਸੀਂ ਆਉਣਾ ਆ ਹੁਣ ਤੁਸੀਂ ਲਾਉਂਦੇ ਮਸ਼ੀਨਾਂ ਕਰਕੇ 12-10 ਵਜੇ ਤੋਂ ਬਾਅਦ ਕੀ ਆ ਚੁੱਕ ਲਾ ਮੈਂ ਕਿਹਾ ਪੈਰ ਥੱਲੇ ਆਇਆ ਕੋਈ ਟੁੱਟਿਆ ਤਾਂ ਪੈਰ 'ਚ ਲੱਗੂਗਾ ਚਲੇ ਚੱਲ ਚੱਲ ਤੇਰੇ ਜਾਂ ਪਨੀਰੀ ਫੜਾ ਦੇ ਜੇ ਲੋੜ ਪਈ ਕੀ ਨਾਮ ਸਰ ਆਪਣਾ ਸ਼ਿਵਿੰਦਰ ਸਿੰਘ ਸ਼ਿਵਿੰਦਰ ਜੀ ਜਿੱਦਾਂ ਇੱਕ ਤਾਂ ਅੱਜ ਝੋਨੇ ਲਵਾਈ ਦੀ ਪੰਜਾਬ ਸਰਕਾਰ ਵੱਲੋਂ ਡੇਟ ਮੁਕਰਰ ਕੀਤੀ ਗਈ ਸੀਗੀ ਨੰਬਰ 2 ਜਿਹੜੇ ਪ੍ਰਵਾਸੀ ਵੀਰ ਸੀਗੇ ਉਹ ਵੀ ਆਪਣੇ ਸੂਬਿਆਂ ਨੂੰ ਵਾਪਸ ਚਲੇ ਗਏ ਅਤੇ ਹੁਣ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਜਾਂ ਝੋਨਾ ਲਾਉਣੇ ਨੂੰ ਲੋ ਇਸ ਲਈ ਬਹੁਤ ਜ਼ਿਆਦਾ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹਰੇਕ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਹੁਤ ਘੱਟ ਗਏ ਆ ਜਿੱਥੇ ਅੱਗੇ ਇੱਕ ਪਿੰਡ ਦੇ ਵਿੱਚ 70-100 ਮਜ਼ਦੂਰ ਹੁੰਦੇ ਸੀਗੇ ਹੁਣ ਘੱਟੋ ਘੱਟ 10-15 ਰਹਿ ਗਏ ਆ ਪਰ ਉਹ ਵੀ ਜਿਹੜਾ ਇਹਦੇ ਲਵਾਈ ਦੇ ਵਿੱਚ ਆਪਾਂ ਨੇ ਚਾਰਜਸ ਆ ਪੈਸੇ ਆ ਉਹ ਬਹੁਤ ਜ਼ਿਆਦਾ ਮੰਗ ਰਿਹਾ ਪਰ ਖੇਤ ਦੇ ਹਿਸਾਬ ਨਾਲ ਅਤੇ ਪਰ ਫਿਰ ਵੀ ਹੁਣ ਚਲੋ ਨਵੀਂ ਟੈਕਨੀਕ ਆ ਗਈ ਥੋੜ੍ਹਾ ਜਿਹਾ ਈਜ਼ੀ ਹੋ ਗਿਆ ਕਿ ਚਲੋ ਮਸ਼ੀਨਾਂ ਨਾਲ ਇੱਕ ਬੰਦਾ ਹੀ ਉਹਨਾਂ ਕੰਮ ਕਰ ਲੈਂਦਾ ਜਿਹੜੇ 15 ਬੰਦੇ ਉਹ ਕੰਮ ਕਰਦੇ ਸੀ ਅਤੇ ਕਿੰਨੀ ਕੁ ਲਾਹੇਵੰਦ ਹੈ ਕਿੰਨਾ ਕੁ ਖਰਚਾ ਜੇ ਕੰਪੈਰੀਜ਼ਨ ਕਰੀਏ ਇੱਕ ਮਜ਼ਦੂਰ ਦੀ ਤਾਂ ਇਹ ਮਸ਼ੀਨ ਦੀ ਕਿੰਨਾ ਕੁ ਲਾਹੇਵੰਦ ਹੈਗਾ ਇਹ ਬਹੁਤ ਜਿਹੜੀ ਮਸ਼ੀਨ ਆ ਬਹੁਤ ਲਾਹੇਵੰਦ ਆ ਦੂਸਰਾ ਇਹਦੇ ਵਿੱਚ ਸਰਕਾਰ ਜਿਹੜੀ ਆ ਉਹ ਬਹੁਤ ਮਦਦ ਕਰ ਰਹੀ ਹੈ ਕਿਸਾਨਾਂ ਦੀ ਉਹ ਸਬਸਿਡੀ ਵੀ ਦੇ ਰਹੀ ਹੈ ਇਸ ਮਸ਼ੀਨ ਦੇ ਉੱਤੇ ਉਹ ਸਬਸਿਡੀ ਵੀ ਦੇ ਰਹੀ ਹੈ ਅਤੇ ਇਸ ਕਰਕੇ ਆਪਾਂ ਕਹਿੰਦੇ ਵੀ ਜਿਹੜਾ ਛੋਟਾ ਕਿਸਾਨ ਆ ਚਲੋ ਉਹ ਕਮ ਸੇ ਕਮ ਇਹ ਸਬਸਿਡੀ ਦਾ ਲਾਹਾ ਲਵੇ ਅਤੇ ਉਹਦੇ ਨਾਲ ਉਹਨੂੰ ਬਹੁਤ ਬੈਨੀਫਿਟ ਮਿਲੇਗਾ ਅਤੇ ਸਰ ਸੂਬਾ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਜਿਹੜੀ ਕਿਸਾਨਾਂ ਨੂੰ ਬਿਜਲੀ ਹੈਗੀ ਆ ਉਹ 8 ਘੰਟੇ ਦਿੱਤੀ ਜਾਏ ਇਸ ਤੋਂ ਤੁਸੀਂ ਕਿੰਨਾ ਕੁ ਸੈਟਿਸਫਾਈਡ ਹੋ ਆਪਾਂ ਸਰਕਾਰ ਦੇ ਤਹਿਤ ਵੱਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਕਿਸਾਨਾਂ ਲਈ ਸੋਚਿਆ ਕਿ ਸਾਰੀ ਇੰਡਸਟਰੀ ਡਾਊਨ ਗਈ ਆ ਉਹਦੇ ਸਾਥ ਜ਼ਿਮੀਦਾਰਾਂ ਨੂੰ ਬਹੁਤ ਜ਼ਿਆਦਾ ਫਰਕ ਗਿਆ ਲੇਬਰ ਪੈਣ ਦੇ ਨਾਲ ਪਰ ਸਰਕਾਰ ਨੇ 8 ਘੰਟੇ ਦਾ ਪ੍ਰੋਮਿਸ ਕੀਤਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕਿ ਸਰਕਾਰ ਕਿਸਾਨਾਂ ਬਾਰੇ ਇੰਨਾ ਸੋਚ ਰਹੀ ਹੈ ਦੇਖੋ ਜੀ ਇਸ ਟਾਈਮ ਤਾਂ ਜਿਹੜੀ ਹੁਣ ਸਰਕਾਰ ਨੇ ਤਾਂ ਆਪਣਾ ਕੰਮ ਕਰਤਾ ਆ 8 ਘੰਟੇ ਬਿਜਲੀ ਸ਼ੁਰੂ ਕਰਤੀ ਦੇਣੀ ਪਰ ਲੇਬਰ ਦੇ ਕਰਕੇ ਜਿਹੜਾ ਝੋਨਾ ਇਸ ਟਾਈਮ ਬਹੁਤ ਔਖਾ ਹੋਇਆ ਪਿਆ ਲੈਣਾ ਲਾਉਣਾ ਅਤੇ ਲੇਬਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਕਿਉਂਕਿ ਸਾਰੇ ਲੋਕ ਆਪਾਂ ਨੇ ਵਾਪਸ ਚਲੇ ਗਏ ਆ ਜਿੱਦਾਂ ਬਿਹਾਰੀ ਸੀ ਬਿਹਾਰ ਨੂੰ ਚਲੇ ਗਏ ਯੂਪੀ ਵਾਲਾ ਯੂਪੀ ਚਲੇ ਗਏ ਅਤੇ ਹੁਣ ਜਿਹੜਾ ਇਸ ਕਰਕੇ ਥੋੜ੍ਹੀ ਪ੍ਰੋਬਲਮ ਜ਼ਿਆਦਾ ਆ ਅਤੇ ਹੁਣ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ ਹੁਣ ਤੁਸੀਂ ਕੀ ਇਹਦਾ ਹੱਲ ਕੱਢਿਆ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਝੋਨਾ ਲਗਾਓਗੇ ਇਹਦਾ ਹੱਲ ਅਸੀਂ ਇਹ ਕੱਢਿਆ ਜੀ ਅਸੀਂ ਮਸ਼ੀਨ ਲਈ ਆ ਛੋਟੀ ਇਸ ਟਾਈਮ ਜਿਹੜੀ 4 ਰੋਜ਼ ਲਾਉਂਦੀ ਆ ਉਸ ਤੋਂ ਬਾਅਦ ਜੇ ਸਕਸੈਸ ਹੋਊਗਾ ਤਾਂ ਅਗਲੀ ਵਾਰ ਅਸੀਂ ਵੱਡੀ ਮਸ਼ੀਨ ਲੈ ਲਾਂਗੇ ਅਤੇ ਅਸੀਂ ਆਪ ਹੀ ਲਾਉਂਦੇ ਪਏ ਫੈਮਿਲੀ ਮੈਂਬਰ ਹੀ ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨੀ ਕੁ ਲਾਹੇਵੰਦ ਆ ਇਹ ਮਸ਼ੀਨ ਪਹਿਲਾਂ ਦੇ ਮੁਕਾਬਲੇ ਕਾਫੀ ਇਹਦਾ ਫਾਇਦਾ ਹੋਊਗਾ ਕਿਉਂਕਿ ਜਿਹੜੇ ਬਈਏ ਆ ਉਹ ਜਿਹੜਾ ਪਨੀਰੀ ਬਹੁਤ ਘੱਟ ਲਾਉਂਦੇ ਆ ਖੇਤਾਂ 'ਚ ਇਹਦੇ ਨਾਲ ਜਿਹੜਾ ਸੀਡ ਆ ਉਹ ਜ਼ਿਆਦਾ ਲੱਗ ਜਾਂਦਾ 7-8 ਕਿਲੋ ਲੱਗ ਜਾਂਦਾ ਖੇਤ ਦੇ ਵਿੱਚ ਇਸ ਕਰਕੇ ਥੋੜ੍ਹਾ ਇਹਦਾ ਝਾੜ ਵੀ ਜ਼ਿਆਦਾ ਨਿਕਲੂਗਾ ਅਤੇ ਪਿਛਲੇ ਸਾਲ ਵੀ ਅਸੀਂ 2 ਖੇਤ ਲਾਏ ਸੀ ਜ਼ਿਆਦਾ ਵਧੀਆ ਨਿਕਲਿਆ ਸੀਗਾ ਅਤੇ ਇਹ ਤੁਹਾਨੂੰ ਜਿੱਦਾਂ ਕਿ ਜਿਹੜੇ ਮਜ਼ਦੂਰ ਸੀਗੇ ਉਹਨਾਂ ਨਾਲੋਂ ਸਸਤੀ ਪੈ ਰਹੀ ਹੈ ਮਸ਼ੀਨ ਹਾਂਜੀ ਇਹ ਕਾਫੀ ਸਸਤੀ ਪੈਣੀ ਹੈ ਜੀ ਹੁਣ ਬਈਆਂ ਦਾ ਰੇਟ ਜਿਹੜਾ ਮਜ਼ਦੂਰਾਂ ਦਾ ਰੇਟ ਆ ਉਹ 4500-5000 ਕਰ ਦਿੱਤਾ ਆ ਇਹਦਾ ਖਰਚਾ ਸਾਡਾ ਸਾਰਾ ਜਿਹੜਾ ਆਉਣਾ ਹੈਗਾ ਆ ਖੇਤ ਦਾ 1000 ਰੁਪਏ ਆਊਗਾ ਜੀ ਸਰਕਾਰ ਨੇ ਜਿਹੜੀ 8 ਘੰਟੇ ਬਿਜਲੀ ਕਿਸਾਨਾਂ ਨੂੰ ਦੇਣ ਦੇ ਲਈ ਐਲਾਨ ਕੀਤਾ ਉਹਦੇ ਬਾਰੇ ਤੁਹਾਡੇ ਉਹ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀ 10 ਤਰੀਕ ਤੋਂ ਸ਼ੁਰੂ ਕਰਨਾ ਸੀ ਉਹੀ ਸਵੇਰ ਤੋਂ ਸ਼ੁਰੂ ਕਰਤਾ ਸਵੇਰੇ ਰਾਤੀ 12 ਵਜੇ ਬਿਜਲੀ ਆਈ ਸੀ 8 ਵਜੇ ਗਈ ਆ 8 ਘੰਟੇ ਉਹ ਨਹੀਂ ਕਰਾਤਾ ਪ੍ਰੋਪਰ ਸਟਾਰਟ ਆਪਣਾ ਕੰਮ ਗੌਰਮੈਂਟ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਿਜਲੀ ਪ੍ਰੋਪਰ ਆ ਰਹੀ ਹੈ